ਹੈਲੋ ਐਵਰੀਵਨ, ਵੈਲਕਮ ਟੂ ਸਿਮਰਨ ਬੁਟੀਕ ਕਟ ਐਂਡ ਸੋ ਵਿਪਿੰਦਰ। ਅੱਜ ਆਪਾਂ ਸ਼ਰਟ ਨੂੰ ਬਾਹਵਾਂ ਲਾਉਣੀਆਂ ਨੇ। ਸ਼ਰਟ ਮੇਰੀ ਰੈਡੀ ਕੀਤੀ ਹੋਈ ਆ, ਫਿਟਿੰਗ ਵਗੈਰਾ ਉੱਥੇ ਡਨ ਹੈਗਾ ਇਹਦਾ, ਅਤੇ ਬਾਹਵਾਂ ਵੀ ਰੈਡੀ ਨੇ। ਅਤੇ ਜਦੋਂ ਆਪਾਂ ਬਾਹਵਾਂ ਲਾਉਣੀਆਂ ਨੇ, ਪਹਿਲਾਂ ਤਾਂ ਬਾਹਵਾਂ ਦੀ ਜਦੋਂ ਆਪਾਂ ਮੈਜ਼ਰਮੈਂਟ ਕਰਨੀ ਆ ਲਗਾਉਣ ਵੇਲੇ, ਆਹ ਉੱਪਰ ਸਿਲਾਈ ਹੈ ਅਤੇ ਇਹ ਸਿਲਾਈ ਹੈ, ਜਿੱਦਾਂ ਆਹ ਸਿਲਾਈ ਆ ਅਤੇ ਇਹਨੂੰ ਇੱਥੋਂ ਸਿਲਾਈ 'ਤੇ ਰੱਖ ਕੇ ਸਿੱਧਾ ਫਟ ਲੈਣਾ ਇੱਦਾਂ। ਜੇ ਵੱਧ ਘੱਟ ਹੈਗਾ ਆ, ਹੁਣ ਜਿੱਦਾਂ ਆਪਣਾ ਥੋੜ੍ਹਾ ਜਿਹਾ ਖਿੱਚ ਕੇ ਮਿਲਣਾ ਹੈਗਾ ਪ੍ਰੋਪਰਲੀ, ਦੋਵੇਂ ਚੀਜ਼ਾਂ ਖਿੱਚੀਆਂ ਹੋਣਗੀਆਂ, ਅਤੇ ਪੁਆਇੰਟ ਕੁ ਤੁਸੀਂ ਬਾਂਹ ਨੂੰ ਖੁੱਲ੍ਹਾ ਰੱਖਣਾ ਹੈਗਾ। ਅਤੇ ਇਹ ਆਪਣਾ ਮੈਂ ਜਿਹੜਾ ਬਣਿਆ ਹੋਇਆ ਮੈਂ ਰੈਡੀ ਕੀਤਾ ਆ। ਅਤੇ ਆਪਣਾ ਸ਼ਰਟ ਜਿਹੜਾ ਆ ਉਹ ਪੁੱਠਾ ਹੋਣਾ ਚਾਹੀਦਾ, ਅਤੇ ਜਿਹੜੀ ਬਾਂਹ ਆ ਉਹ ਸਿੱਧੀ ਹੋਣੀ ਚਾਹੀਦੀ ਹੈ। ਅਤੇ ਜਦੋਂ ਆਪਾਂ ਮੈਜ਼ਰਮੈਂਟ ਵੀ ਕਰਨਾ ਆ ਪੁੱਠੇ 'ਤੇ, ਇਹ ਫਰੰਟ ਸਾਈਡ ਆ, ਆਹ ਜਿਹੜੀ ਕਟਿੰਗ ਪਾ ਕੇ ਫਰੰਟ ਸਾਈਡ ਆਪਣੀ ਇਹ ਬਾਂਹ ਦੀ ਹੈ, ਫਿਰ ਕਦੀ ਵੀ ਮਿਸਟੇਕ ਨਹੀਂ ਹੁੰਦੀ। ਜੇ ਆਪਾਂ ਫਰੰਟ ਨੂੰ ਫਰੰਟ ਇੱਦਾਂ ਜੋੜਿਆ, ਪੁੱਠੇ ਨੂੰ ਪੁੱਠਾ ਆਪਾਂ ਜੋੜਿਆ ਨਾ ਇਸ ਤਰੀਕੇ ਦੇ ਨਾਲ, ਅਤੇ ਇਹ ਆਪਣੀ ਜਿਹੜੀ ਹੈਗੀ ਆ ਆਪਾਂ ਮੈਜ਼ਰਮੈਂਟ ਕਰ ਲਿਆ, ਅਤੇ ਇਹ ਜਿਹੜਾ ਆਹ ਚੀਜ਼ ਆ ਇਹਦੇ ਨਾਲ ਜੁੜੂਗੀ। ਅਤੇ ਇਹ ਤਾਂ ਜੁੜੂਗੀ ਜੇ ਆਪਾਂ ਇਹਨੂੰ, ਹੁਣ ਆਪਾਂ ਜਿਹੜੀ ਬਾਂਹ ਆ ਇਹਨੂੰ ਸਿੱਧੀ ਰੱਖਣਾ ਹੈਗਾ, ਅਤੇ ਸ਼ਰਟ ਨੂੰ ਪੁੱਠਾ ਹੀ ਰੱਖਣਾ, ਅਤੇ ਬਾਂਹ ਜਿਹੜੀ ਇਹ ਸ਼ਰਟ ਦੇ ਵਿੱਚ ਪਾਉਣੀ ਇਸ ਤਰੀਕੇ ਦੇ ਨਾਲ। ਜੇ ਤੁਹਾਡੇ ਕੋਲ ਪ੍ਰੋਪਰਲੀ ਨਹੀਂ ਮੇਨ ਹੋਇਆ ਉਸ ਤਰੀਕੇ ਦੇ ਨਾਲ, ਨਹੀਂ ਪਤਾ ਲੱਗਾ, ਅਤੇ ਆਪਾਂ ਬਾਂਹ ਨੂੰ ਵਿੱਚ ਪਾ ਕੇ ਇੱਦਾਂ ਆਪਾਂ ਖਿੱਚ ਕੇ ਦੇਖਣਾ ਹੈਗਾ ਕਿ ਆਪਣੀ ਬਿਲਕੁਲ ਸਹੀ ਤਰੀਕੇ ਦੇ ਨਾਲ ਦੋਨੇ ਚੀਜ਼ਾਂ ਸਹੀ ਆ ਰਹੀਆਂ ਨੇ। ਹੁਣ ਆਪਣੀਆਂ ਦੇਖੋ ਪ੍ਰੋਪਰਲੀ ਸਹੀ ਹੈਗੀਆਂ ਨੇ, ਅਤੇ ਇਹਨਾਂ ਨੂੰ ਹੁਣ ਆਪਾਂ ਸਿਲਾਈ ਲਗਾਵਾਂਗੇ ਇੱਥੋਂ। ਸੀਣ ਨਾਲ ਸੀਣ ਮੈਚ ਕਰਕੇ ਸਿਲਾਈ ਲਗਾਉਣੀ ਆ, ਅਤੇ ਜਿਹੜਾ ਵਿਚਲਾ ਮਟੀਰੀਅਲ ਹੁੰਦਾ ਜਿਹੜਾ ਬਾਂਹ ਦਾ ਆ ਉਹ ਫਰੰਟ ਸਾਈਡ ਨੂੰ ਫੋਲਡ ਕਰਨਾ, ਅਤੇ ਜਿਹੜਾ ਸ਼ਰਟ ਦਾ ਆ ਉਹ ਬੈਕ ਸਾਈਡ ਨੂੰ ਫੋਲਡ ਕਰਨਾ ਹੈਗਾ। ਅਤੇ ਹੁਣ ਆਪਣੇ ਦੋਨੇ ਜਿਹੜੇ ਬਰਾਬਰ ਨੇ, ਬਹੁਤਾ ਖਿੱਚਣਾ ਨਹੀਂ, ਸੌਫਟਲੀ ਆਪਾਂ ਸਿਲਾਈ ਕਰਾਂਗੇ ਇਹਨਾਂ ਨੂੰ ਇੱਦਾਂ। ਆਪਣੀ ਹੁਣ ਆਪਣੀ ਬਾਂਹ ਜਿਹੜੀ ਇਹ ਲੱਗ ਗਈ ਹੈਗੀ ਆ, ਦੇਖੋ ਬਿਲਕੁਲ ਸਹੀ ਲੱਗੀ ਆ। ਪਰ ਇਹਦੇ ਵਿੱਚ ਇੱਕ ਮਿਸਟੇਕ ਜਿਹੜੀ ਤੁਹਾਨੂੰ ਦੱਸ, ਕਈ ਵਾਰੀ ਆਪਣੀ ਸੀਣ ਵਿੰਗੀ ਹੋ ਜਾਂਦੀ ਆ। ਆਹ ਦੇਖੋ ਇੱਥੇ ਮੇਰੀ ਸੀਣ ਮੈਂ ਵਿੰਗੀ ਕੀਤੀ, ਜਾਣ ਕੇ ਤੁਹਾਨੂੰ ਦਿਖਾਉਣ ਦੇ ਲਈ ਆਹ ਆਹ ਜਿਹੜਾ ਫੁੱਲਦਾ, ਅਤੇ ਇਹਨੂੰ ਹੁਣ ਆਪਾਂ ਸਿਲਾਈ ਜਦੋਂ ਕਰਾਂਗੇ ਇਹ ਜਿਹੜੀ ਮੈਂ ਹੁਣ ਤੁਹਾਨੂੰ ਦਿਖਾਉਂਦੀ ਹਾਂ ਦੁਬਾਰਾ ਕਿ ਸੀਣ ਇਹ ਵਿੰਗੀ ਇੱਥੋਂ ਅਤੇ ਇੰਨੀ ਜਗ੍ਹਾ ਹੀ ਆ, ਅਤੇ ਇੰਨਾ ਹੀ ਆਪਣਾ ਇਹ ਜਗ੍ਹਾ ਫੁੱਲਦੀ ਹੈਗੀ ਆ। ਅਤੇ ਇਹਨੂੰ ਤੁਸੀਂ ਜੇ ਤਾਂ ਇੱਦਾਂ ਵੀ ਜਿੱਦਾਂ ਆਪਾਂ ਬਾਂਹ ਲਾਈ ਦੀ ਆ, ਬਾਂਹ ਉੱਪਰ ਰੱਖ ਕੇ ਸਿਲਾਈ ਲਗਾ ਕੇ ਕੱਢ ਸਕਦੇ ਹਾਂ, ਅਤੇ ਨਹੀਂ ਤਾਂ ਆਪਾਂ ਇਹਨੂੰ ਮਤਲਬ ਸ਼ਰਟ ਵਾਲੀ ਸਾਈਡ ਤੋਂ ਵੀ ਜਿੱਦਾਂ ਆਹ ਸਾਈਡ ਹੈਗੀ ਆ ਉੱਪਰ ਰੱਖ ਸਕਦੇ ਹਾਂ। ਹੁਣ ਮੈਂ ਅੰਦਰਲਾ ਪਾਸਾ ਜਿੱਥੇ ਮੇਰੀ ਬਾਂਹ ਲੱਗੀ ਮੈਂ ਉਹੀ ਪਾਸਾ ਰੱਖਿਆ, ਅਤੇ ਹੁਣ ਆਪਣੀ ਇਹ ਬਿਲਕੁਲ ਵੀ ਉਬਾਲਣੀ ਹੈਗਾ ਇੱਥੇ, ਜਿਹੜਾ ਇੱਥੇ ਆਪਣਾ ਆਹ ਚੀਜ਼ ਉੱਠਦੀ ਸੀ ਇੱਧਰਲੇ ਸ਼ਰਟ ਵਾਲੀ ਸਾਈਡ ਦੀ। ਇਹ ਜਿਹੜੀ ਸਿਲਾਈ ਸੀਗੀ ਤੁਹਾਨੂੰ ਮੈਂ ਇਹ ਰੱਖ ਕੇ ਦਿਖਾਉਂਦੀ ਹਾਂ ਕਿੰਨਾ ਕੁ ਫਰਕ ਸੀ। ਇਹ ਮੇਰੀ ਵਿੰਗੀ ਸਿਲਾਈ ਲੱਗੀ ਸੀ, ਇਹ ਸਿੱਧੀ ਆਪਾਂ ਕਰਕੇ ਲਗਾ ਲਈ ਹੈਗੀ ਆ। ਇੰਨੇ ਦੇ ਨਾਲ ਹੀ ਜਿਹੜਾ ਆ ਇਹ ਬਹੁਤ ਫਿਰ ਭੈੜਾ ਲੱਗਦਾ ਪਿੱਛੋਂ ਜਦੋਂ ਉੱਠਦਾ ਹੈਗਾ।
ਤੇ ਹੁਣ ਆਪਾਂ ਦੂਸਰੀ ਬਾਂਹ ਵੀ ਲਗਾਵਾਂਗੇ। ਹਾਂਜੀ ਹੁਣ ਆਪਾਂ ਦੂਸਰੀ ਬਾਂਹ ਲਗਾਉਣੀ ਆ ਅਤੇ ਇਹ ਆਪਣਾ ਆਹ ਪੁੱਠਾ ਪਾਸਾ ਹੈਗਾ ਆ, ਮਤਲਬ ਬੈਕ ਆਫ ਦੀ ਸ਼ਰਟ ਆ ਅਤੇ ਆਹ ਬੈਕ ਆਫ ਦੀ ਫਰਟ ਬਾਂਹ ਦੀ ਹੈਗੀ ਆ। ਅਤੇ ਇਹਨੂੰ ਹੁਣ ਆਪਾਂ ਜਦੋਂ ਵਿੱਚ ਕਰਨਾ ਹੈ ਇਹ ਬੈਕ ਦੇ ਨਾਲ ਬੈਕ ਮਿਲਣੀ ਆ ਅਤੇ ਫਰੰਟ ਦੇ ਨਾਲ ਫਰੰਟ ਮਿਲਣਾ, ਕਿਉਂਕਿ ਫਰੰਟ ਜਿਹੜੀ ਆਪਾਂ ਜ਼ਿਆਦਾ ਕਟਾਈ ਪਾਈ ਹੁੰਦੀ ਹੈ ਬਾਂਹ ਨੂੰ। ਅਤੇ ਸੇਮ ਹੀ ਤੁਸੀਂ ਇਸੇ ਤਰੀਕੇ ਦੇ ਨਾਲ ਮੈਂ ਪਹਿਲਾਂ ਹੀ ਭਾਈ ਦੱਸ ਕੇ ਹਟੀ ਹਾਂ, ਬਾਂਹ ਜਦੋਂ ਮੈਂ ਜੋੜੀ ਆ ਇੱਦਾਂ ਇਹਨੂੰ ਫੜ ਕੇ ਤੁਸੀਂ ਪੂਰਾ ਇੱਧਰੋਂ ਮਿਡਲ ਦੇ ਵਿੱਚੋਂ ਅੰਗੂਠਾ ਲਾ ਲੈਣਾ, ਇੱਧਰੋਂ ਉਂਗਲ ਲਾ ਲੈਣੀ ਹੈ, ਤਾਂ ਸਹੀ ਆ। ਤਾਂ ਆਪਣਾ ਬਿਲਕੁਲ ਜੇ ਦੋਨੇ ਪੂਰੇ ਪ੍ਰੋਪਰਲੀ ਖਿੱਚ ਹੁੰਦੇ ਨੇ ਤਾਂ ਇਹਦਾ ਮਤਲਬ ਆਪਣੀ ਜਿਹੜੀ ਬਾਂਹ ਆ ਪ੍ਰੋਪਰਲੀ ਵਧੀਆ ਤਰੀਕੇ ਦੇ ਨਾਲ ਅਟੈਚ ਹੋਊਗੀ। ਦੂਸਰੀ ਗੱਲ ਹੋਰ ਆ, ਜਿਹੜਾ ਆਹ ਪਲੇਟ ਆ ਇਹਨੂੰ ਆਪਾਂ ਉੱਪਰ ਨੂੰ ਕਰੀਏ ਤਾਂ ਵਧੀਆ ਫਿਟਿੰਗ ਦੇ ਵਿੱਚ ਆਉਂਦਾ, ਜੇ ਆਪਾਂ ਨੀਚੇ ਨੂੰ ਕਰਦੇ ਹਾਂ ਤਾਂ ਇੱਥੇ ਕਈ ਵਾਰੀ ਵਲ ਪੈਂਦਾ ਹੁੰਦਾ। ਦੇਖੋ ਬਾਂਹ ਦਾ ਰਾਊਂਡ ਬੜਾ ਵਧੀਆ ਆਇਆ ਇਹਦਾ, ਇਹਦੇ ਵਿੱਚ ਕੋਈ ਆਪਣਾ ਮਹਿੰਗੀ ਸੀਨ ਨਹੀਂ ਹੈਗੀ, ਕਿਤੇ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ। ਜਦੋਂ ਪ੍ਰੈਸ ਕਰਾਂਗੇ ਤਾਂ ਪ੍ਰੋਪਰਲੀ ਸਹੀ ਤਰੀਕੇ ਦੇ ਨਾਲ ਆਊਗੀ। ਜਿਹੜਾ ਹੁਣ ਆ ਵੀ ਹੈ ਆਪਣਾ ਆਹ ਪਲੇਟ ਵੀ ਵਧੀਆ ਹੈ, ਸ਼ਰਟ ਸਿੱਧਾ ਕਰਕੇ ਮੈਂ ਤੁਹਾਨੂੰ ਦਿਖਾਉਂਦੀ ਹਾਂ। ਸਰ ਦੇਖੋ ਇੱਥੇ ਇਹਦਾ ਕੋਈ ਵੀ ਪਲ ਨਹੀਂ, ਜਦੋਂ ਇਹਨੂੰ ਪ੍ਰੈਸ ਕਰਾਂਗੇ ਇਹਨੇ ਪ੍ਰੋਪਰਲੀ ਸਹੀ ਆਉਣਾ ਹੈਗਾ, ਅਤੇ ਸੇਮ ਥਿੰਗ ਇੱਧਰ ਵੀ ਇਵੇਂ। ਆਈ ਹੋਪ ਤੁਹਾਨੂੰ ਇਹ ਬਾਹਾਂ ਲਗਾਉਣ ਦੀ ਮੇਰੀ ਜਾਣਕਾਰੀ ਚੰਗੀ ਲੱਗੀ ਹੋਊਗੀ। ਜੇ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਅਤੇ ਸ਼ੇਅਰ ਕਰਿਓ ਫਰੈਂਡਸ ਦੇ ਵਿੱਚ, ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ।